ਕਪਾਸ ਗੱਢ ਕੇ ਹੈਰਾਨ ਕਰ ਦਿੱਤਾ ਜਿਹੜੇ ਸਾਡੇ ਨਾਲ ਫਾਰਮਰ ਖਲੇ ਨੇ। ਇਹਨਾਂ ਨੇ ਇੱਕ ਐਸਾ ਫਾਰਮੂਲਾ ਲਾ ਲਿਆ ਆਪਣੀ ਕਪਾਸ ਨੂੰ ਜਿਹਦੇ ਨਾਲ ਬਹੁਤ ਜ਼ਿਆਦਾ ਐਵਰੇਜ ਅਤੇ ਖਾਦ ਤਾਂ ਇਹਨਾਂ ਜਿਹੜੀ ਕੈਮੀਕਲ ਵਾਲੀ ਉਹ ਪਾਈ ਨਹੀਂ ਨਾ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਸਰਗੋਧਾ ਤੋਂ ਬੁਰੇ ਵਾਲਾ ਆਏ ਹਾਂ ਸਿਰਫ ਇਹ ਫਸਲ ਵੇਖਣ, ਅਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਪੁੱਛਦੇ ਹਾਂ ਆਖਰਕਾਰ ਇਹ ਫਾਰਮੂਲਾ ਹਰ ਬੰਦੇ ਨੂੰ ਦੇ ਸਕਦੇ ਹਨ ਔਰ ਇਸ ਫਾਰਮੂਲੇ ਤੋਂ ਹਰ ਬੰਦਾ ਹੀ ਇੰਨੀ ਜ਼ਿਆਦਾ ਐਵਰੇਜ ਲੈ ਸਕਦਾ ਹੈ। ਮੈਂ ਤਾਂ ਇਸ ਮਹਿੰਗਾਈ ਦੇ ਵਿੱਚ ਇੰਨਾ ਕਮਾਲ ਕਰ ਦਿੱਤਾ ਹੈ, ਇਹ ਫਾਰਮੂਲਾ ਪੁੱਛਦੇ ਹਾਂ, ਆਓ ਜ਼ਰਾ ਨੰਦਰਾ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਸੱਜਣੋ, ਵਰਮੀ ਕੰਪੋਸਟ ਦਾ ਇਸਤੇਮਾਲ ਪਹਿਲੇ ਤੁਸੀਂ ਕਣਕ ਅਤੇ ਮਕਈ ਅਤੇ ਔਰ ਚਾਵਲ ਦੀ ਫਸਲ 'ਤੇ ਵੇਖਿਆ, ਅੱਜ ਤੁਹਾਨੂੰ ਅਸੀਂ ਵਿਖਾਉਣ ਲੱਗੇ ਹਾਂ ਵਰਮੀ ਕੰਪੋਸਟ ਦਾ ਇਸਤੇਮਾਲ ਕਾਟਨ ਯਾਨੀ ਕਿ ਕਪਾਸ ਦੀ ਫਸਲ 'ਤੇ। ਔਰ ਅੱਜ ਅਸੀਂ ਇੱਕ ਫਾਰਮਰ ਦੇ ਕੋਲ ਮੌਜੂਦ ਹਾਂ, ਇਹਨਾਂ ਦਾ ਇਲਾਕਾ ਹੈ ਜੀ ਜ਼ਿਲ੍ਹਾ ਵਿਹਾੜੀ ਤਹਿਸੀਲ ਬੂਰੇਵਾਲਾ, ਚੱਕ ਨੰਬਰ ਕਿਹੜਾ? 515। ਅਤੇ ਸਰ ਤੁਸੀਂ ਕਹਿਣ ਲਈ ਆਪਣਾ ਨਾਮ ਜ਼ਰਾ ਦੱਸੋ। ਮੇਰਾ ਜ਼ਫਰ ਇਕਬਾਲ ਸਾਹਿਬ। ਅੱਛਾ, ਤੁਸੀਂ ਇਹ ਕਾਟਨ ਦੇ ਵਿੱਚ ਵਰਮੀ ਕੰਪੋਸਟ ਦਾ ਇਸਤੇਮਾਲ ਕੀਤਾ ਹੈ ਔਰ ਇਹ ਮੌਸਮੀ ਕਾਸ਼ਤ ਹੈ, ਤੁਸੀਂ ਕਿਸ ਹੱਦ ਤੱਕ ਵਰਮੀ ਕੰਪੋਸਟ ਤੇ ਮੁਤਮਿਨ ਹੋ? ਸਰ ਮੈਂ ਜ਼ਿੰਦਗੀ ਪਹਿਲੀ ਵਾਰ ਸੁਣੀ ਸੀ, ਪਹਿਲੀ ਵਾਰ ਇਸਤੇਮਾਲ ਕੀਤੀ। ਠੀਕ ਹੈ। ਔਰ ਇੱਕ ਚਾਰ ਅੱਠ ਤੋੜੇ ਸਿਰਫ ਪਾਏ ਨੇ, ਹਾਲਾਂਕਿ ਇਹ ਥੋੜ੍ਹੀ ਕੰਮ ਹੈ, ਲੇਕਿਨ ਮੈਂ ਬਹੁਤ ਮੁਤਮਿਨ ਹਾਂ ਫਸਲ ਤੁਹਾਡੇ ਸਾਹਮਣੇ। ਠੀਕ ਹੈ, ਮਤਲਬ ਵਰਮੀ ਕੰਪੋਸਟ ਦਾ ਜਿਹੜਾ ਰਿਜ਼ਲਟ ਤੁਹਾਨੂੰ ਨਜ਼ਰ ਆਇਆ? ਮੈਂ ਪਹਿਲੇ ਦਿਨ ਤੋਂ ਬਹੁਤ ਜ਼ਿਆਦਾ ਅੱਛਾ ਹੈ, ਪਹਿਲੇ ਦਿਨ ਇਸ ਵਾਰ ਅੱਛਾ ਹੈ, ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਠੀਕ ਹੋ ਗਿਆ। ਇੱਕ ਜਿਹੜਾ ਇਹਦਾ ਪੌਦਾ ਹੈ ਉਸ ਦਾ ਕੱਦ ਵੀ ਮਾਸ਼ਾਅੱਲਾ ਐਸ ਚਾਰ ਫੁੱਟ, ਹਾਂ ਸਾਢੇ ਚਾਰ ਫੁੱਟ ਤੱਕ ਤੇ, ਔਰ ਇਹਦੇ ਤੇ ਫਰੂਟ ਵੀ ਜਿਹੜਾ ਇੱਕ ਇੱਕ ਪੌਦੇ ਤੇ ਉਹ ਵੀ ਮਾਸ਼ਾਅੱਲਾ ਨਾ 30-35-40 ਇੱਕ ਹੁਣ ਹੈ ਵੀ ਗੰਦਮ ਦੀ ਕਾਸ਼ਤ ਬਾਅਦ ਵਿੱਚ। ਸਹੀ ਹੈ, ਮੌਸਮੀ ਕਾਸ਼ਤ, ਫੱਗਣ ਕਾਸ਼ਤ ਨਹੀਂ ਹੈ। ਠੀਕ, ਕਟਾਈ ਤੋਂ ਬਾਅਦ ਸਾਰੀ ਮਾਸ਼ਾਅੱਲਾ 35-40 ਤੋਂ ਜ਼ਿਆਦਾ ਜ਼ਿਆਦਾ। ਅੱਛਾ ਸਰ, ਜ਼ਫਰ ਸਾਹਿਬ ਤੁਸੀਂ ਇਹ ਫਰਮਾਓ ਕਿ ਪਰ ਏਕੜ ਤੁਸੀਂ ਕਾਟਨ ਦੇ ਅੰਦਰ ਕਿਤਨੀ ਵਰਮੀ ਕੰਪੋਸਟ? 16 ਬੋਰੀਆਂ ਤੁਸੀਂ 50-50 ਕਿਲੋ ਦੀ? ਹਾਂਜੀ। ਠੀਕ ਹੋ ਗਿਆ। ਔਰ ਇਸ ਦਾ ਰਿਜ਼ਲਟ ਤੇ ਤੁਸੀਂ ਮੁਤਮਿਨ ਹੋ? ਮੈਂ ਬਿਲਕੁਲ ਮੁਤਮਿਨ ਹਾਂ, ਮੈਂ ਜਿੰਨੀ ਵਾਰ 100% ਮੁਤਮਿਨ ਹੋ ਜਾਂ ਘੱਟ? ਇਨਸ਼ਾਅੱਲਾ 100%। ਫਰੂਟ ਵਗੈਰਾ ਅੱਛਾ? ਅੱਛਾ ਜੀ। ਕਾਦ ਵਗੈਰਾ ਜਿੱਥੇ ਹੋਣਾ ਚਾਹੀਦਾ ਸੀ? ਅੱਛਾ। ਹਾਂਜੀ, ਜਿਨ੍ਹਾਂ ਤੇ ਬਾਕੀ ਤੁਸੀਂ ਪਹਿਲੇ ਕੈਮੀਕਲ ਯੂਜ਼ ਕਰਦੇ ਸੋ ਜਾਂ ਹੁਣ ਵੀ ਸਾਡਾ ਤੇ ਹੈ ਨਾ? ਦੂਜਿਆਂ ਇਸ ਤੋਂ ਇਲਾਵਾ ਇਸ ਉੱਤੇ ਹੈ ਚਾਰ ਕਨਾਈ ਹੋਵੇਗਾ, ਉਹਦੇ ਤੇ ਵਿੱਚ ਕੀ ਫਰਕ ਹੈ? ਇਹ ਉਸ ਅੱਛੀ ਹੈ, ਕੱਦ ਬੜਾ ਹੈ, ਉਹ ਅੱਛੀ ਹੈ, ਮਾਸ਼ਾਅੱਲਾ। ਅੱਛਾ, ਇਸ ਤੇ ਤੁਸੀਂ ਵਰਮੀ ਕੰਪੋਸਟ ਜਦੋਂ ਲਾਇਆ ਇਸ ਦਾ ਤੁਹਾਨੂੰ ਰਿਜ਼ਲਟ ਮਿਲ ਚੁੱਕਿਆ, ਇਸ ਤੋਂ ਬਾਅਦ ਤੁਹਾਡਾ ਅੱਗੇ ਕੀ ਪਲਾਨ? ਅੱਗੇ ਇਨਸ਼ਾਅੱਲਾ ਗੰਦਮ ਨੂੰ ਪਾਵਾਂਗੇ, ਜਿਹੜੀ ਫਸਲ ਬੀਜੀ ਸਾਰੀ ਗੰਦਮ ਨੂੰ ਪਾਓਗੇ, ਹੋਰ ਵੀ ਜਿਹੜੀ ਫਸਲ ਜਿਹੜੀ ਬੀਜਾਂਗੇ ਫਸਲ ਸਬਜ਼ੀ ਵਰਮੀ ਕੰਪੋਸਟ ਦਾ ਯੂਜ਼ ਕਰੋ ਇਨਸ਼ਾਅੱਲਾ ਜੀ। ਲੋ ਜੀ ਸੁਜਣੋ, ਜਿਹੜੇ ਫਾਰਮਰਸ ਇਹ ਡਰ ਰਹੇ ਸਨ ਕਿ ਜੀ ਵਰਮੀ ਕੰਪੋਸਟ ਯੂਜ਼ ਕੀਤਾ ਤਾਂ ਰਿਜ਼ਲਟ ਨਹੀਂ ਆਏਗਾ, ਪਤਾ ਨਹੀਂ ਫਸਲ ਹੋਏਗੀ ਨਹੀਂ ਹੋਏਗੀ, ਅਸੀਂ ਕੋਸ਼ਿਸ਼ ਇਹ ਪੈ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲੇ ਅਸੀਂ ਚਾਵਲ ਦੀ, ਮਕਈ ਦੀ ਔਰ ਕਣਕ ਦੀ ਫਸਲ ਤੁਹਾਨੂੰ ਵਿਖਾਈਏ, ਅੱਜ ਅਸੀਂ ਤੁਹਾਨੂੰ ਕਾਟਨ ਵਿਖਾ ਰਹੇ ਹਾਂ ਔਰ ਕਿਤਨੀ ਜ਼ਬਰਦਸਤ ਫਸਲ ਹੈ ਤੁਹਾਡੇ ਸਾਹਮਣੇ। ਜਿਹੜੇ ਫਾਰਮਰ ਡਰ ਰਹੇ ਨੇ ਕਿ ਅਸੀਂ ਵਰਮੀ ਕੰਪੋਸਟ ਯੂਜ਼ ਕੀਤਾ ਅਤੇ ਸਾਡਾ ਰਿਜ਼ਲਟ ਡਾਊਨ ਨਾ ਹੋ ਜਾਵੇ, ਅਸੀਂ ਸਿਰਫ ਉਹਨਾਂ ਬੰਦਿਆਂ ਨੂੰ ਇਹ ਵਿਖਾ ਰਹੇ। ਸਾਡੇ ਨਾਲ ਵਰਮੀ ਕੰਪੋਸਟ ਇੱਕ ਕੰਪਨੀ ਹੈ ਜੀ, ਵਰਮੀ ਕੰਪੋਸਟ, ਉਹਨਾਂ ਦੇ ਆਨਰ ਮੌਜੂਦ ਹਨ ਬੁਖਾਰੀ ਸਾਹਿਬ, ਮੈਂ ਉਹਨਾਂ ਨੂੰ ਦਾਵਤ ਦੇਵਾਂਗਾ ਕਿ ਕਾਇੰਡਲੀ ਵੀਡੀਓ ਦੇ ਅੰਦਰ ਤਸ਼ਰੀਫ ਲੈ ਆਓ ਜੀ। ਜੀ ਸਫਰ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ। ਬੁਖਾਰੀ ਸਾਹਿਬ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਬਹੁਤ ਸ਼ੁਕਰੀਆ, ਤੁਸੀਂ ਅਵੇਅਰਨੈਸ ਦੇ ਰਹੇ ਹੋ ਔਰਗੈਨਿਕ ਦੀ ਤਰਫ, ਫਾਰਮਰਸ ਨੂੰ ਲੈ ਆ ਰਹੇ ਹੋ, ਜ਼ਮੀਨ ਦੀ ਇਸਲਾਹ ਹੋ ਰਹੀ ਹੈ ਔਰ ਸਾਨੂੰ ਔਰਗੈਨਿਕ ਜਿਹੜੀਆਂ ਨੇ ਉਹ ਫਸਲਾਂ ਉਹ ਮਿਲ ਰਹੀਆਂ ਨੇ ਜੀ।
ਔਰ ਇਹਦੇ ਵਿੱਚ ਇਹ ਨਹੀਂ ਕਿ ਅਸੀਂ ਸਿਰਫ ਔਰ ਸਿਰਫ ਜ਼ਮੀਨ ਨੂੰ ਬਚਾ ਰਹੇ, ਬਲਕਿ ਅਸੀਂ ਫਸਲਾਂ ਨੂੰ ਸਿਹਤਮੰਦ ਕਰਨ ਤੋਂ ਬਾਅਦ ਫਸਲਾਂ ਨੂੰ ਇਸਤੇਮਾਲ ਕਰਨਾ, ਇਨਸਾਨ ਜਾਨਵਰ ਚਿੜੀ ਪਰਿੰਦ ਕੀੜੇ ਮਕੌੜੇ ਸਭ ਨੂੰ ਅਸੀਂ ਕੈਮੀਕਲ ਤੌਰ ਬਿਮਾਰੀਆਂ ਤੋਂ ਮਹਿਫੂਜ਼ ਕਰ। ਬੇਸ਼ੱਕ ਇਸੇ ਤਰ੍ਹਾਂ, ਔਰ ਤੁਸੀਂ ਇਸ ਚੀਜ਼ 'ਤੇ ਗੌਰ ਕਰੋ, ਲੋਕਾਂ ਨੂੰ ਸਾਡੇ ਜ਼ਿਮੀਂਦਾਰਾਂ ਨੂੰ ਕੋਈ ਖਾਸ ਅਵੇਅਰਨੈਸ ਨਹੀਂ। ਅਸੀਂ ਉਹਨਾਂ ਅਵੇਅਰਨੈਸ ਦੇਣ ਵਾਸਤੇ, ਤੁਸੀਂ ਦੇਖੋ ਕਿੱਥੋਂ ਸਰਗੋਦੇ ਤੋਂ ਅਤੇ ਲਾਹੌਰ ਅਤੇ ਮੁਲਤਾਨ ਅਤੇ ਕਿੱਥੇ ਕਿੱਥੇ ਸਫ਼ਰ ਕਰਨੇ ਪਏ ਆ ਸਿਰਫ ਅਵੇਅਰਨੈਸ ਜ਼ਿਮੀਂਦਾਰ ਨੂੰ ਦੇਣ ਵਾਸਤੇ। ਬਿਲਕੁਲ। ਔਰ ਕਾਟਨ 'ਤੇ ਫਸਲ ਲੱਗੀ, ਇਹ ਮੈਂ ਇਹਨਾਂ ਦੇ ਬੰਦੇ ਨੂੰ ਕਿਹਾ ਕਿ ਵੀ ਇਹਦੇ 'ਤੇ ਕਿੰਨੇ ਲੱਗੇ ਨੇ, ਉਹਨੇ ਕਿਹਾ ਜੀ ਇਹ ਤਾਂ ਗਿਣੇ ਹੀ ਨਹੀਂ ਜਾ ਸਕਦੇ। ਅੱਛਾ, ਇਹ ਬੇਸ਼ੁਮਾਰ, ਇਹ ਬੇਤਾਸ਼ਾ ਨੇ। ਤੇ ਜਿਹੜੀ ਕਾਇਲੇ ਅਗਰ ਜ਼ੂਮ ਕਰ ਸਕਦੇ ਹੋ ਤੇ ਉਹਨੂੰ ਮੈਂ ਗਿਣਿਆ, ਤੇ ਉਹਦੇ ਤੇ 35 38 40 ਇੱਕ ਪੌਦੇ ਤੇ ਬਣ ਗਏ ਨੇ, ਜਿਹੜੇ ਅੱਗੋਂ ਬੰਨੇ ਨੇ ਜਾਂ ਬਣਦੇ ਪਏ ਨੇ ਉਹ ਲੈਦਾ ਨੇ ਜਿਹੜੇ ਬਣ ਗਏ ਇਸ ਤੋਂ ਪਿੱਛੇ ਜਿਹੜੀ। ਹਾਂਜੀ, ਜਿਹੜੀ ਆ ਪਿਛਲੀ ਵੈਰਾਈਟੀ ਹੈ। ਔਰ ਅੱਜ ਡੇਟ ਹੈ 1 ਅਗਸਤ 2024 ਜੀ, 2 ਅਗਸਤ ਤੋਂ ਬਾਅਦ ਮੌਸਮੀ ਕਾਟ ਹੈ। ਮੌਸਮ ਆ 2 ਤਾਰੀਖ ਦੇ ਅੱਜ। ਹਾਂਜੀ, ਠੀਕ ਹੋ ਗਿਆ 2 ਤਾਰੀਖ। ਹੁਣ ਕਾਟਨ ਅਗਰ ਔਰਗੈਨਿਕ ਹੈ ਤੇ ਪਾਕਿਸਤਾਨ ਦੇ ਅੰਦਰ ਉਸਦਾ ਰੇਟ ਡਬਲ ਮਿਲਦਾ ਹੈ। ਸਹੀ ਹੈ, ਕਿਉਂਕਿ ਪਾਕਿਸਤਾਨ ਹਰ ਸਾਲ ਕਈ ਟਨ, ਹਜ਼ਾਰਾਂ ਟਨ ਬਾਹਰੋਂ ਇੰਪੋਰਟ ਕਰਦਾ। ਜਿੰਨੀ ਮੈਡੀਸਨ ਦੇ ਅੰਦਰ ਕਾਟਨ ਯੂਜ਼ ਹੁੰਦੀ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਦੇ ਅੰਦਰ ਔਰਗੈਨਿਕ ਕਾਟਨ ਯੂਜ਼ ਹੁੰਦੀ ਅਤੇ ਉਹ ਪਾਕਿਸਤਾਨ ਆਪ ਜਨਰੇਟ ਕਰ ਸਕਦਾ। ਅਤੇ ਵਰਮੀ ਕੰਪੋਸਟ ਪਿਓਰ 100% ਔਰਗੈਨਿਕ ਹੈ, ਉਸ ਦੇ ਰਿਜ਼ਲਟ ਤੁਸੀਂ ਹਰ ਫਸਲ ਦੇ ਉੱਤੇ ਵੇਖਦੇ ਪਏ ਹੋ ਕਿ ਉਹ ਕੀ ਨੇ। ਹੁਣ ਇਹ ਜੀ ਔਰਗੈਨਿਕ ਫਾਰਮਿੰਗ ਸਿਰਫ ਔਰ ਸਿਰਫ ਵਰਮਿੰਗ ਕੰਪੋਸਟ ਫਾਰਮਰ ਨੂੰ ਬਣਾਉਣ ਦਾ ਤਰੀਕਾ ਦੱਸ ਸਕਦੀ ਹੈ, ਚੀਜ਼ਾਂ ਪ੍ਰੋਵਾਈਡ ਕਰ ਸਕਦੇ ਹਾਂ, ਅਸੀਂ ਅਵੇਅਰਨੈਸ ਦੇ ਸਕਦੇ ਹਾਂ, ਉਹ ਅਸੀਂ ਦੇ ਰਹੇ ਹਾਂ। ਕਾਇਲੇ ਮੁਖਤਸਰਨ, ਵਰਮਿੰਗ ਕੰਪੋਸਟ ਕਿਸ ਤਰ੍ਹਾਂ ਤਿਆਰ ਹੁੰਦੀ? ਵਰਮਿੰਗ ਕੰਪੋਸਟ ਇੱਕ ਸਿੰਪਲ ਜਿਹਾ ਮੈਥਡ ਹੈ। ਇੱਕ ਬੈੱਡ ਲਗਾਉਣਾ, ਉਹਦੇ ਉੱਪਰ ਗੋਬਰ ਦੀ ਮਿਥਾਈਨ ਗੈਸ ਸਿਰਫ ਤੁਸੀਂ ਖਾਰਜ ਕਰਨੀ ਹੈ ਉਹਨੂੰ ਕਲਟੀ ਕਰਕੇ, ਠੀਕ ਹੈ, ਅਤੇ ਉਹਨੂੰ ਠੰਡਾ ਕਰਨਾ। ਦੂਸਰੇ ਲਫ਼ਜ਼ਾਂ 'ਚ ਕਈ ਜਾਂਦੇ ਨੇ ਕਿ ਠੰਡਾ ਕਰਨਾ, ਬੇਸਿਕ ਮਿਥਾਈਨ ਗੈਸ ਖਾਰਜ ਕਰਨੀ। ਉਹਨੂੰ ਇੱਕ ਛਾਪਰ ਵਿਛਾ ਕੇ ਇੱਕ ਬੈੱਡ ਬਣਾ ਕੇ ਉਸੇ ਉੱਪਰ ਪਾ ਦੇਣਾ, ਉੱਪਰ ਕੇਚਵਾ ਛੱਡ ਦੇਣਾ, ਉੱਪਰ ਪਰਾਲੀ ਬੋਰੀ ਦੇ ਕੇ ਢੱਕ ਦੇਣਾ। 2 ਮਹੀਨੇ ਤੋਂ ਬਾਅਦ ਕੰਪੋਸਟ ਤਿਆਰ ਹੋਣੀ ਸ਼ੁਰੂ ਹੋ ਜਾਏਗੀ। 3 ਮਹੀਨੇ ਦੇ ਅੰਦਰ ਜਿਹੜਾ ਤੁਸੀਂ ਇੱਕ ਬੈੱਡ ਲਗਾਇਆ ਉਹਦੇ 2 ਬੈੱਡ ਤਿਆਰ ਹੋ ਜਾਣਗੇ। ਅੱਛਾ, ਕੇਚਵਾ ਅਸੀਂ ਦਿਆਂਗੇ ਤੁਹਾਨੂੰ ਜਿੰਨਾ ਚਾਹੀਦਾ, ਕਰੋੜਾਂ ਨਾਲ ਵੀ ਚਾਹੀਦਾ ਅਤੇ ਉਹ ਵੀ ਮਿਲੇਗਾ। ਕਿਸੇ ਨੇ ਵੱਡਾ ਯੂਨਿਟ ਲਗਾਉਣਾ, ਕਿਸੇ ਛੋਟੇ ਫਾਰਮਰ ਨੇ 10 ਫੁੱਟ ਦਾ ਬੈੱਡ ਲਗਾਉਣਾ, ਅਸੀਂ 10 ਫੁੱਟ ਵਾਸਤੇ ਵੀ ਕੇਚਵਾ ਦਿਆਂਗੇ, 10 ਕਿਲੋ ਵੀ ਮੁਹੱਈਆ ਕਰਾਂਗੇ। ਜ਼ਿਮੀਂਦਾਰ ਆਵੇ ਤਾਂ ਸਹੀ ਜੀ ਇੱਧਰ, ਅਤੇ ਜਿਹੜੇ ਆ ਰਹੇ ਨੇ ਉਹ ਤੁਹਾਡੇ ਸਾਹਮਣੇ, ਜਿਹਨੇ ਨਹੀਂ ਆਪ ਸ਼ੁਰੂ ਕਰ ਸਕਦੇ ਉਹ ਵਰਮਿੰਗ ਕੰਪੋਸਟ ਲੈ ਕੇ ਪਾ ਰਹੇ, ਰਿਜ਼ਲਟ ਹਰ ਫਸਲ ਦਾ ਤੁਹਾਡੇ ਸਾਹਮਣੇ। ਸਹੀ ਹੈ, ਮਾਸ਼ਾਅੱਲਾ, ਜ਼ਬਰਦਸਤ, ਸ਼ੁਕਰ ਅਲਹਮਦੁਲਿਲਾ। ਜਿਹੜੇ ਬੰਦੇ ਡਰਦੇ ਸਨ ਉਹਨਾਂ ਦੇ ਝਾਕੇ ਲੈ ਗਏ ਨੇ, ਤੇ ਜਿਨ੍ਹਾਂ ਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਦੇ ਝਾਕੇ ਜੇ ਹੈ ਨੇ ਉਹ ਝਾਕੇ ਖੋਲ ਲਓ, ਤੁਹਾਨੂੰ ਕਿਸੇ ਫਸਲ ਵਿੱਚ ਨੁਕਸਾਨ ਨਹੀਂ ਹੋਏਗਾ, ਬਿਹਤਰੀਨ ਕਿਸਮ ਦੇ ਰਿਜ਼ਲਟ ਆ ਰਹੇ ਨੇ। ਅੱਛਾ ਸਰ, ਇਹ ਫਰਮਾਓ ਕਿ ਵਰਮੀ ਕੰਪੋਸਟ ਅਗਰ ਫਾਰਮਰ ਖੁਦ ਤਿਆਰ ਕਰਦਾ ਹੈ, ਹਾਂਜੀ, ਉਸ ਨੂੰ ਕਿੰਨੀ ਕਿ ਸਸਤੀ ਪੈਂਦੀ ਹੈ ਬਾਕੀ ਕੈਮੀਕਲ? ਸਰ ਮੈਂ ਅੱਗੇ 2-4 ਵੀਡੀਓ ਦੇ ਵਿੱਚ ਨਾ ਇਹ ਗੱਲ ਵਾਜ਼ਿਆ ਤੌਰ ਤੇ ਦੱਸੀ, ਅਗਰ ਜ਼ਿਮੀਂਦਾਰ ਆਪ ਬਣਾਵੇ ਉਹਨੂੰ ਤੇ 100 ਰੁਪਿਆ ਵੀ ਕਾਸਟ ਨਹੀਂ ਪੈਂਦੀ ਬੋਰੀ ਦੀ। ਅੱਛਾ, ਕਿ ਵੇਖੋ ਉਹਨੇ ਇੱਥੋਂ ਗੋਬਰ ਚੁੱਕਿਆ ਤੇ ਇੱਥੇ ਰੱਖ ਦਿੱਤਾ, ਕੋਈ ਲੇਬਰ ਕਾਸਟ ਨਹੀਂ ਪਈ, ਟਰੈਵਲਿੰਗ ਚਾਰਜਸ ਕੋਈ ਨਹੀਂ, ਤੇ ਗੋਬਰ ਉਹਨਾਂ ਕੋਲ ਫ੍ਰੀ ਦਾ। ਠੀਕ ਹੈ, ਇੱਕ ਵਾਰੀ ਉਹਨੇ ਕੇਚਵਾ ਲੈਣਾ ਤੇ ਉਹੀ ਕੇਚਵਾ ਦਾ ਵਾਧਾ ਰਹਿਣਾ ਅੱਗੇ, ਉਹ ਕੇਚਵਾ ਉਹਦੇ ਪਹਿਲੇ ਬੈੱਡ ਤੇ ਹੀ ਉਸ ਤੋਂ ਡਬਲ ਮਿਲਣਾ, ਉਸ ਡਬਲ ਮਿਲ ਜਾਣਾ, ਉਹਦੇ ਪੈਸੇ ਪੂਰੇ ਹੋ ਗਏ, ਉਹ ਕਿਸੇ ਹੋਰ ਨੂੰ ਦੇ ਦੇਵੇ ਵਿੱਚੋਂ ਵੇਚ ਦੇਵੇ। ਸਹੀ ਹੈ, ਇਹ ਸਦਕਾ ਜਾਰੀਆ ਵੀ ਹੈ, ਬੇਸ਼ੱਕ ਉਹਨੇ ਵੇਚਣਾ, ਸਦਕਾ ਜਾਰੀਆ ਵੀ ਹੈ, ਉਹਦਾ ਵੀ ਕੰਮ ਹੋ ਗਿਆ ਤੇ ਅੱਗੋਂ ਸਾਰੀ ਉਮਰ ਉਹਨੇ ਵਧਿਆ ਰਹਿਣਾ। ਸਹੀ ਹੈ, ਉਹਦੇ ਤੇ ਕੰਮ ਕਰਦੇ ਰਹਿਣਾ ਆਪਣੇ। ਹੁਣ ਸਪੋਜ਼ ਇਹਨਾਂ ਦੀ 10 ਏਕੜ ਜਗ੍ਹਾ, ਠੀਕ ਹੈ, ਤੇ ਉਹ ਇਹ 10 ਏਕੜ ਦੀ ਪੂਰੀ ਹੋ ਗਈ ਤੇ ਅੱਗੋਂ ਦੂਸਰਿਆਂ ਦੋਸਤਾਂ ਨੂੰ ਵੇਚ ਦੇਣ, ਜੇ ਗੋਬਰ ਇਹਨਾਂ ਕੋਲ ਇੰਨਾ ਅਵੇਲੇਬਲ ਹੈ ਤੇ।
ਨਹੀਂ ਦੇਖੋ ਬਰੀਡ ਕਿਸੇ ਨੂੰ ਦੇ ਕੇ ਉਹਦੇ ਨਾਲ ਉੱਥੇ ਕੰਮ ਸ਼ੁਰੂ ਕਰ ਲੈ, ਉਹ ਵੀ ਬੰਦਾ ਨੇ ਕੰਮ ਸ਼ੁਰੂ ਕਰ ਲਿਆ, ਇਹਨਾਂ ਦਾ ਵੀ ਹੋਇਆ, ਉਹ ਅੱਗੇ ਕਿਸੇ ਨੂੰ ਦੇ ਦੇਵੇ ਇੱਕ ਚੇਨ ਬਣ ਜਾਏਗੀ, ਅਸੀਂ ਦਿਨਾਂ ਦੇ ਵਿੱਚ ਸਾਰੇ ਖਾਦ ਜਾਣ ਛੁੱਟ ਜਾਏਗੀ, ਔਰਗੈਨਿਕ ਤੇ ਆ ਜਾਵਾਂਗੇ। ਠੀਕ ਹੈ ਜੀ, ਫਾਰਮਰ ਨੂੰ ਤੁਹਾਡਾ ਕੀ ਪੈਗਾਮ ਹੈ? ਸਿਰਫ ਇੱਕ ਸਿੱਖ ਫਾਰਮਰ ਨੂੰ ਇੱਕੋ ਹੀ ਪੈਗਾਮ ਹੈ ਕਿ ਔਰਗੈਨਿਕ ਵਾਲੀ ਸਾਈਡ ਤੇ ਆਓ, ਪੂਰੀ ਦੁਨੀਆ ਔਰਗੈਨਿਕ ਦੀ ਤਰਫ ਜਾ ਰਹੀ ਹੈ, ਆਪਣੀ ਵਰਮੀ ਕੰਪੋਸਟ ਬਣਾਓ ਜਾਂ ਖਰੀਦ ਲਓ, ਤੁਹਾਨੂੰ ਇੱਕ ਨੰਬਰ ਕੁਆਲਿਟੀ ਮਿਲੇਗੀ ਹੈ ਜੀ ਵਰਮੀ ਕੰਪੋਸਟ ਤੋਂ, ਖਰੀਦ ਲਵੋ ਨਹੀਂ ਮੇਰੇ ਕੋਲੋਂ ਪੁੱਛ ਲਓ, ਮੈਨੂੰ ਕੋਈ ਏਡੀ ਵੱਡੀ ਲਾਲਚ ਨਹੀਂ ਹੁੰਦੀ। ਅਗਰ ਤੁਹਾਡੇ ਏਰੀਏ ਦੇ ਅੰਦਰ ਸਾਡਾ ਕੋਈ ਕਲਾਇੰਟ ਬੈਠਾ ਹੈ ਜਿਹੜਾ ਵਰਮੀ ਕੰਪੋਸਟ ਬਣਾ ਰਿਹਾ, ਅਸੀਂ ਉਹਦੇ ਨਾਲ ਤੁਹਾਨੂੰ ਰੈਫਰ ਕਰ ਦਿਆਂਗੇ, ਨਜ਼ਦੀਕ ਤੋਂ ਤੁਹਾਨੂੰ ਮਿਲ ਸਕਦੀ ਹੈ, ਲੇਕਿਨ ਹਰ ਜਗ੍ਹਾ ਤੇ ਬੰਦੇ ਨਹੀਂ ਬੈਠੇ, ਜਿੱਥੇ ਹੈ ਨੇ ਉੱਥੋਂ ਤੁਹਾਨੂੰ ਵਰਮੀ ਕੰਪੋਸਟ ਮਿਲ ਸਕਦੀ। ਸਾਡਾ ਤਕਰੀਬਨ ਕੋਈ 600 ਮੈਂਬਰ ਪਾਕਿਸਤਾਨ ਦੇ ਅੰਦਰ ਮੁਖਤਲਿਫ ਜਗ੍ਹਾ ਤੇ ਵਰਮਿੰਗ ਕੰਪੋਸਟ ਬਣਾਉਣ ਦਾ ਆਪਣਾ ਕੰਮ ਸ਼ੁਰੂ ਕਰ ਚੁੱਕੇ ਆ, ਤੇ ਕੁੱਲ 900 ਆਦਮੀ ਹੈ ਜੀ ਜਿਹਨੂੰ ਅਸੀਂ ਇੱਕ ਚੇਨ ਸਿਸਟਮ ਦੇ ਜ਼ਰੀਏ ਇਸ ਟਾਈਮ ਸ਼ੁਕਰ ਅਲਹਮਦੁਲਿਲਾ ਜਿਹੜਾ ਵਰਮਿੰਗ ਕੰਪੋਸਟ ਆਪਣੀ ਬਣਾ ਕੇ ਆਪਣੀਆਂ ਫਸਲਾਂ ਨੂੰ ਪਾਉਣਾ ਸ਼ੁਰੂ ਕਰ ਗਿਆ ਜੀ। ਬੁਖਾਰੀ ਸਾਹਿਬ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਜਜ਼ਾਕਲਾ। ਲਓ ਜੀ ਸੱਜਣੋ, ਅੱਜ ਤੁਸੀਂ ਦੇਖਿਆ ਕਿ ਕਾਟਨ ਤੇ ਵਰਮਿੰਗ ਕੰਪੋਸਟ ਦਾ ਕੀ ਰਿਜ਼ਲਟ ਹੈ। ਫਾਰਮਰ ਜ਼ਫਰ ਸਾਹਿਬ ਸਾਡੇ ਨਾਲ ਮੌਜੂਦ ਹਨ, ਇਹਨਾਂ ਦੇ ਤਾਸਰਾਤ ਤੁਸੀਂ ਸੁਣੇ। ਇਹ ਜੀ ਵਰਮਿੰਗ ਕੰਪੋਸਟ ਦੇ ਓਨਰ ਬੁਖਾਰੀ ਸਾਹਿਬ ਵੀ ਮੌਜੂਦ ਹਨ, ਉਹਨਾਂ ਵੀ ਤੁਹਾਨੂੰ ਗਾਈਡ ਕੀਤਾ। ਉਮੀਦ ਕਰਦਾ ਮੈਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਅਗਲੀ ਵੀਡੀਓ ਤੱਕ ਇਜਾਜ਼ਤ, ਰੱਬ ਰੱਖ, ਅੱਲਾ ਹਾਫਿਜ਼।